ਬਰਨਾਲਾ ਜ਼ਿਲ੍ਹੇ 'ਚ ਪੈਂਦੇ ਪਿੰਡ ਦਰਾਜ ਦਰਾਕਾ ਵਿੱਚ ਧੰਨ ਧੰਨ ਬਾਬਾ ਪਰਦਿੱਤਾ ਜੀ ਦੇ ਇਤਿਹਾਸਿਕ ਅਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਨਗਰਾਂ ਨੇ ਰਲ ਮਿਲ ਕੇ ਦੋ ਗਰੀਬ ਪਰਿਵਾਰ ਦੀਆਂ ਲਕੁੜੀਆਂ ਦੇ ਆਨੰਦ ਕਾਰਜ ਕੀਤੇ। ਇਸ ਸਮੇਂ ਦੋਵਾਂ ਨਗਰਾਂ ਦੀਆਂ ਪੰਚਾਇਤਾਂ ਤੇ ਹੋਰ ਮੈਂਬਰ ਮੌਜੂਦ ਰਹੇ। ਗਰੀਬ ਕੁੜੀਆਂ ਦੇ ਵਿਆਹ ਲਈ ਲੋੜੀ ਦੇ ਸਮਾਨ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਰਪੂਰ ਸਹਿਯੋਗ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ ਦੇ ਸੁਭ ਆਨੰਦ ਕਾਰਜਾਂ ਲਈ ਇਲਾਕੇ ਦੀਆਂ ਸੰਗਤਾਂ ਤੋਂ ਮਿਲੇ ਸਹਿਯੋਗ ਦਾ ਦਿਲੋਂ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਦੀ ਗੱਲ ਹੈ, ਅੱਜ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਤੇ ਜੋ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਮੈਨੇਜਮੈਂਟ ਨੇ ਰਲ ਮਿਲ ਕੇ ਇਲਾਕੇ ਦੀਆਂ ਸੰਗਤਾਂ ਨੇ ਦੋ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਜੋ ਇਸ ਪਾਵਨ ਸਥਾਨ 'ਤੇ ਅੱਜ ਸੁਭਾਗੇ ਜੋੜੇ ਦੇ ਆਨੰਦ ਕਾਰਜ ਹੋਏ ਹਨ, ਸੋ ਬਹੁਤ ਮੁਬਾਰਕਬਾਦ ਦਿੰਦਾ ਹਾਂ ਦਰਾਜ ਦਰਾਕੇ ਨੂੰ, ਇਲਾਕੇ ਦੀਆਂ ਸੰਗਤਾਂ ਨੂੰ, ਜਿਨ੍ਹਾਂ ਨੇ ਬਹੁਤ ਸੰਗਤਾਂ ਵੱਲੋਂ ਭਰਪੂਰ ਹੰਗਾਰਾ ਮਿਲਿਆ ਹੈ, ਜਿਵੇਂ ਕਿ ਲੀੜੇ ਕੱਪੜੇ ਦਾ, ਪੇਟੀਆਂ ਦਾ, ਬੈੱਡਾਂ ਦਾ, ਜੋ ਵੀ ਤਰੁੱਟੀ ਰਹਿੰਦੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨੂੰ ਪੂਰਾ ਕੀਤਾ ਗਿਆ ਹੈ ਸਤਿਗੁਰਾਂ ਦੇ ਆਸ਼ੀਰਵਾਦ ਦੇ ਨਾਲ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਵ, ਏਕ ਪਿਤਾ ਏਕ ਕੇ ਹਮਵਾਰਕ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਤੋਂ ਵੀ ਉਹ ਵੀ ਉੱਚੇ ਉੱਚੇ ਅਹੁਦਿਆਂ 'ਤੇ ਜੋ ਪ੍ਰਬੰਧ ਹੈ ਇਹੋ ਜਿਹੇ ਪ੍ਰੋਗਰਾਮ ਕਰਵਾ ਰਹੇ ਨੇ, ਅਤੇ ਹਮੇਸ਼ਾ ਹੀ ਸੰਗਤਾਂ 'ਚ ਏਕਤਾ ਥਵਾਕ, ਸਤਿਗੁਰੂ ਜੀ ਬਖਸ਼ਿਸ਼ ਕਰਨ, ਅੱਗੇ ਤੋਂ ਵੀ ਬਹੁਤ ਚੜ੍ਹਦੀ ਕਲਾ ਨਾਲ ਸਤਿਗੁਰੂ ਜੀ ਸਿਰ 'ਤੇ ਹੱਥ ਧਰ ਕੇ ਆਪਣਾ ਕਾਜ ਆਪ ਹੀ ਕਰਵਾ ਲੈਣ, ਅੱਗੇ ਤੋਂ ਸੰਗਤਾਂ ਦਾ ਭਰਪੂਰ ਹੁੰਗਾਰਾ ਮਿਲਦਾ ਰਹੇ, ਸਤਿਗੁਰੂ ਜੀ ਕਿਰਪਾ ਕਰਨ, ਸੁਭਾਗੇ ਜੋੜੇ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਤਰੱਕੀਆਂ, ਖੁਸ਼ਹਾਲੀਆਂ ਅਤੇ ਬਾਣੀ ਦੇ ਨਾਲ ਜੋੜਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।